असलम मेरे प्यारे दोस्तों अच मेंाए बहुत ही मज़ेदार बनते हैं और मैं क्या सर्दियों तो जान दिया वे एक रेसिपी सर्दियाँ दजेदार शेयर कर दी है बीफ पाए की बहुत ही मज़ेदार रेसिपी और उम्मीद आज की रैसिपी तू पसंद आ गई बहुत ही जबरदस्त इन बनाने का जरा तरीका वह बहुत ही मज़ेदार अच्छा बीफ पाए लेया इन्नो आ देखो बहुत ही अच्छी तरह मैं साफ किते है साफ करने दी वीडियो में कई बारी बनाई है पाए साफ करने दी और मैं तना शेयर कर दूंगी लिंक डिस्क्रिप्शन पे एदे विच मैं पा रही हां पानी ठीक ना आधा जग मैं पानी दा इस्तेमाल करूंगी और मैं पाए लेया चार ठीक है ना और एदे विच मैं पाऊंगी नमक حسبे जरूर जिना आपन पसंद आएगा और एदे विच मैं दो चम्मच पा रही हां लाल मिर्च ठीक है ना और एक चम्मच पाऊंगी हल्दी हल्दी ना कलर बहुत अच्छा आता पाएगा और में प्यास। प्यास ये मैं पाऊँगी तेन प्याज़ प्याज इन्ने ज्यादा ये ऐड नहीं होने क्योंकि मिठे बन जाए वाल लसन का बहुत ज़्यादा इस्तेमाल करूँगी लसन काफ़ी इस्तेमाल होएगा ये और साबत गर्म मसाले इन्ना बहुत अच्छी खुशबू आएगी लसन का और अदरक का तुम ज़्यादा इस्तेमाल करना वा क्योंकि ये ही ज़्यादा टेस्ट आएगा ठीक है ना ਔਰ ਬਹੁਤ ਹੀ ਜ਼ਬਰਦਸਤ ਇੱਕ ਟਿਪਸ ਵੀ ਦੱਸਾਂਗੀ ਤੁਹਾਨੂੰ ਪਾਇ ਤਸੀ ਬਣਾਉਂਦੇ ਆ ਔਰ ਜਿੱਦਾਂ ਮੈਂ ਬਣਾ ਰਹੀ ਹਾਂ ਟਰਾਈ ਕਰਕੇ ਦੇਖਿਓ ਠੀਕ ਹੈ ਨਾ ਅੱਛਾ ਇਹਦੇ ਵਿੱਚ ਮੈਂ ਟਮਾਟਰ ਕੱਟ ਕੇ ਨਹੀਂ ਪਾਣੇ ਠੀਕ ਹੈ ਨਾ ਸਾਬਤ ਹੀ ਟਮਾਟਰ ਮੈਂ ਰੱਖਨੇ ਆ ਕਿਉਂ ਇਹਦੀ ਵਜ੍ਹਾ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਅੱਛਾ ਜੀ ਆ ਦੇਖੋ 15 ਮਿੰਟ ਹੋ ਗਏ ਆ 15-20 ਮਿੰਟ ਔਰ ਟਮਾਟਰ ਅਚੀ ਤਰ੍ਹਾਂ ਗਲ ਚੁੱਕੇ ਆ ਇਹਨਾਂ ਨੂੰ ਮੈਂ ਕੱਢ ਲਵਾਂਗੀ ਠੀਕ ਹੈ ਨਾ ਔਰ ਟਮਾਟਰ ਮੈਂ ਕਿਉਂ ਕੱਢ ਲਿਆ ਇਹ ਵੀ ਤੁਹਾਨੂੰ ਸ਼ੇਅਰ ਕਰੂੰਗੀ ਠੀਕ ਹੈ ਨਾ ਅੱਜ ਮੈਂ ਇਹਦੇ ਵਿੱਚ ਟਮਾਟਰ ਵਗੈਰਾ ਕੋਈ ਚ ਅਦੇ ਘਟ ਟਮਾਟਰਾਂ ਦੇ ਮੈਂ ਛਿਲਕੇ ਉਤਾਰਨੇ ਨੇ ਛਿਲਕੇ ਵਗੈਰਾ ਉਤਾਰ ਲੈਨੇ ਨੇ ਟਮਾਟਰਾਂ ਦੇ ਔਰ ਇਹਦੇ ਵਿੱਚ ਮੈਂ ਬਾਅਦ ਚ ਐਡ ਕਰੂੰਗੀ ਅਗਰ ਤੁਸੀਂ ਇਹਦੇ ਵਿੱਚ ਕੱਟ ਕੇ ਪਾ ਦਿੰਦੇ ਤੇ ਸਾਲਨ ਮਿੱਠਾ ਹੋ ਜਾਂਦਾ ਵਾ ਖੱਟਾ-ਖੱਟਾ ਜਿਹਾ ਇਹਦਾ ਟੇਸਟ ਹੁੰਦਾ ਦੇਖੋ ਹੁਣ ਹੋ ਗਿਆ ਬਿਲਕੁਲ ਵੀ 25 ਮਿੰਟ ਹੋ ਚੁਕੇ ਆ ਇਹਨ ਪੱਕਦੇ ਹੋਏ ਨੂੰ ਔਰ ਪਾਣੀ ਵੀ ਸੁੱਕ ਗਿਆ ਸੀ ਤੇ ਫਿਰ ਮੈਂ ਦੇਖੀ ਚੇਂਜ ਕਰ ਲਈ ਠੀਕ ਹੈ ਨਾ ਕਿਉਂਕਿ ਮੈਂ ਕੁੱਕਰ ਤੇ ਪਕਾ ਰਹੀ ਆ ਔਰ ਇਹਦੇ ਵਿੱਚ ਮੈਂ ਟਮਾਟਰ ਜਿਹੜਾ ਉਹਦਾ ਪੀਸਟ ਬਣ ਗਿਆ ਔਰ ਇਹਦੇ ਵਿੱਚ ਮੈਂ 1 ਕੱਪ ਮੈਂ ghee ਪਾਉਂਗੀ ਠੀਕ ਨਾ 1 ਕੱਪ ਨਾਲੇ ਥੋੜਾ ਜ਼ਿਆ ਕੀ ਦਾ ਕਮ ਇਸਤੇਮਾਲ ਨਹੀਂ ਵੀ ਕਰ 사ਦੇ ਪਰ ਮੇਕਅਪ ਤੇ ਥੋੜਾ ਜ਼ਿਆਦਾ ਪਾਉਂਗੀ ਤਾਂ ਕਿ ਜਿ ਜਰੀ ਸ਼ੋਰਬੇ ਤੜੀ ਹੁੰਦੀ ਨਾ ਉਹਦੇ ਵਿੱਚ ਕੀ ਅੱਛਾ ਲੱਗਦਾ ਵਾ ਟੇਸ ਅੱਛਾ ਆਉਂਦਾ ਵਾ ਔਰ ਇਹਦੇ ਵਿੱਚ ਮੈਂ ਪਾ ਰਹੀ ਆ ਦੋ ਚਮਚ ਅਦਰਕ ਠੀਕ ਹੈ ਨਾ ਅਦਰਕ ਲਸਣ ਦਾ ਇਸਤੇਮਾਲ ਜ਼ਿਆਦਾ ਕਰੂੰਗੇ ਕਿਉਂਕਿ ਅਦਰਕ ਲਸਣ ਨਾ ਹੀ ਪਾਏ ਦਾ ਜ਼ਿਆਦਾ ਟੇਸਟ ਬਣਦਾ ਵਾ ਠੀਕ ਹੈ ਨਾ ਬਹੁਤ ਹੀ ਮਜ਼ੇਦਾਰ ਲੱਗਦੇ ਆ ਮਸਾਲੇ ਵਗੈਰਾ ਸਾਰੇ ਚੀਜ਼ ਅਗਰ ਤੁਸੀਂ ਇਹਦੇ ਵਿੱਚ ਕੱਟ ਕੇ ਟਮਾਟਰ ਪਾ ਦਿੰਦੇ ਤੇ ਸ਼ੋਰਬੇ ਦਾ ਜ਼ਾਇਕਾ ਪਤਾ ਕਿੱਦਾਂ ਹੋਣਾ ਸੀ ਖੱਟਾ ਖੱਟਾ ਜਿਹਾ ਹੋਣਾ ਸੀ ਔਰ ਟੇਸਟ ਤੁਹਾਨੂੰ ਅੱਛਾ ਨਹੀਂ ਲੱਗਣਾ ਸੀ ਔਰ ਟਮਾਟਰ ਇਸ ਤੋਂ ਅੱਛੀ ਤਰ੍ਹਾਂ ਪੀਸ ਵੀ ਲਏ ਮੈਂ और ग्लेंडर भी हो गए गल भी गए छिलके भी उतार हो गए माशाला बहुत ही जबरदस्त यद जैका भी आएगा और अच्छी तरह बुनाई करनी है, ठीक है ना यदि जो तड़ी अपनी छोड़ देवे ना घी निकल आए अच्छी तरह और अच्छी तरह यदी बुनाई हो जाएगी ठीक है ना मैं प्रेशर कुकर बना रही हूँ पहले मैं देख चीज तो इस तो इस्तेमाल की ताकि काफ़ी ज़्यादा सी और इन अच्छी तरह पकने से काफ़ी टाइम लगता है चम्मच वगैरह हिलााना मुश्किल होंगे वा ठीक है ना ਅਚੀ ਜੀ ਇਹਨੂੰ ਅੱਛੇ ਤਰ੍ਹਾਂ ਮਿਕਸ ਮੈਂ ਕਰ ਲਿਆ ਵਾ ਔਰ ਅੱਛੇ ਤਰ੍ਹਾਂ ਸੋੜੀ ਅੱਛੇ ਤਰ੍ਹਾਂ ਬੁਨਾਈ ਕਰ ਲਈ ਹੈ ਮੈਂ ਦੀ ਔਰ ਇਹਦੇ ਵਿੱਚ ਮੈਂ ਪਾਉਂਗੀ ਪਾਣੀ ਠੀਕ ਨਾ ਪਾਣੀ ਇਹਦੇ ਵਿੱਚ ਮੈਂ ਕਾਫੀ ਜ਼ਿਆਦਾ ਐਡ ਕਰੂੰਗੀ ਕਿਉਂਕਿ ਪਾਈ ਵੀ ਜ਼ਿਆਦਾ ਸੀ ਔਰ ਇਹਦਾ ਸ਼ੋਰਵਾ ਬਣਾਣਾ ਅੱਛੇ ਤਰ੍ਹਾਂ ਸੇਕ ਲੱਗਣੇ ਤੋਂ ਬਾਅਦ ਫਿਰ ਮੈਨੂੰ ਕਵਰ ਕਰੂੰਗੀ ਪਹਿਲਾਂ ਨਹੀਂ ਕਰਨਾ ਠੀਕ ਨਾ ਪਹਿਲਾਂ ਅੱਛੇ ਤਰ੍ਹਾਂ ਸੇਕ ਲੱਗੇਗਾ फिर कवर कर दूंगी अच्छा जी इन मैं चाली मिनट कवर किया ठीक है ना टोटल पहला आधा घंटा भी टोटल पहला पक्का ठीक है ना इनू चाली मिनट हूँ मैं होर पकाया ठीक है ना और माशाल्लाह इधर बहुत ही मज़ेदार रेसिपी रेडी हो चुकी है मैं तो शोरबे वाले बनाया ठीक है नीचे जिंदा बनाना होगा बना सदा अगर कम शोरवा रखना कम रख सदा माशाला बहुत ही मज़ेद यदा टेस्ट आ और यदा कलर माशाला बहुत ही जबरदस्त आ और बहुत ही प्यारी खुशबूवारी आहुत ही मज़ेदार लगेगा ये है ना ਹਾਚ ਮੇਰੀ ਦੋਸਤ ਕਹਿੰਦੀ ਹੁੰਦੀ ਆ ਪਾਏ ਦੇ ਨਾਲ ਹੋਵੇ ਤੰਦੂਰ ਦੀ ਰੋਟੀ ਚਲੋ ਜੀ ਸੋਣਾ ਤੰਦੂਰ ਦੀ ਰੋਟੀ ਤੁਸੀਂ ਲੈ ਆਓ ਸਾਲਨ ਮੈਂ ਲੈ ਆਂਦੀ ਆ ਬਹੁਤ ਹੀ ਮਜ਼ੇਦਾਰ ਲੱਗਦੀ ਆ ਉਮੀਦ ਆ ਜੀ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਏਗੀ ਔਰ ਆਪਣਾ ਬਹੁਤ ਸਾਰਾ ਖਿਆਰ ਰੱਖਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਦਿਓ ਔਰ ਆਪਣਾ ਬਹੁਤ ਸਾਰਾ ਖਿਆਰ ਰੱਖਿਓ ਓਕੇ ਲਾ ਫੀਸ